ਵਿਦੇਸ਼ਾਂ ਵਿੱਚ ਬੈਠੇ ਮਨੁੱਖਤਾ ਦੀ ਸੇਵਾ ਦੇ ਵਿੱਚ ਅੱਜ ਸਾਡੇ ਨਾਲ ਨੇ ਸਾਡੇ ਮਹਿਮਾਨ ਜਿਹੜੇ ਅਲੱਗ ਅਲੱਗ ਹਿੰਦੁਸਤਾਨ ਤੋਂ ਖਾਸ ਕਰ ਜਾਣ ਵਾਲੇ ਪੰਜਾਬੀ ਹੈ ਜਿਹੜੇ ਵੀ ਉੱਥੇ ਜਾ ਕੇ ਕਈਆਂ ਨੂੰ ਕਈ ਪਰੇਸ਼ਾਨੀਆਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸੇ ਨੂੰ ਮੱਦੇਨਜ਼ਰ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਆਪਣਾ ਇੱਕ ਵੱਡਾ ਟਾਈਮ ਪੀਰੀਅਡ ਉਹਨਾਂ ਨੇ ਝੋਲੀ ਪਾਇਆ ਸੇਵਾ ਵਿੱਚ ਸਾਡੇ ਨਾਲ ਨੇ ਸੁਖੀ ਬਾਟਸੀ ਕੈਨੇਡਾ ਤੋਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸਾਰੇ ਟਾਈਮ ਪੀਰੀਅਡ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ ਜੀ ਨੂੰ ਬੇਨਤੀ ਕਰਾਂਗਾ ਕਿ ਦਿਲ ਦੀਆਂ ਗੱਲਾਂ ਕਰਨਗੇ ਅੱਜ ਉਹ ਸੁਖੀ ਬਾਟਨੀ ਜਾ ਸਰਦਾਰ ਕੁਲਮੋਹਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ ਰਾਜਾ ਸਾਂਸੀ ਜੀ ਆਇਆਂ ਆਖਦਾ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੋਜ਼ ਦੀ ਤਰ੍ਹਾਂ ਇੱਕ ਨਵੇਂ ਮਹਿਮਾਨ ਨਾਲ ਅੱਜ ਆਪ ਜੀ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਇਸ ਮਹਿਮਾਨ ਦੇ ਬਾਰੇ ਤੁਸੀਂ ਪਹਿਲਾਂ ਸੁਣਿਆ ਵੀ ਹੈ ਔਰ ਸਰਦਾਰ ਹਰਜੋਤ ਸਾਹਿਬ ਜੀ ਨੇ ਉਹਨਾਂ ਦਾ ਨਾਮ ਵੀ ਆਪ ਜੀ ਨੂੰ ਦੱਸਿਆ ਇਹ ਮਹਿਮਾਨ ਹਨ ਜਿਨ੍ਹਾਂ ਨੇ ਮੈਂ ਇੱਕ ਲਾਈਨ ਵਿੱਚ ਜੋ ਇਹਨਾਂ ਦੇ ਬਾਰੇ ਟੈਗ ਲਾਈਨ ਮੇਰੇ ਕੋਲ ਪ੍ਰਾਪਤ ਹੋਈ ਹੈ ਮੇਰੀ ਥਾਲੀ ਵਿੱਚੋਂ ਇੱਕ ਰੋਟੀ ਕੱਢ ਲਈ ਰੱਬਾ ਉਸ ਨੂੰ ਦੇ ਦਈ ਜਿਸ ਕੋਲ ਥਾਲੀ ਵੀ ਨਹੀਂ ਮੈਨੂੰ ਲੱਗਦਾ ਹੈ ਕਿ ਸਾਰੇ ਇੰਟਰਵਿਊ ਦਾ ਇਹ ਨਿਚੋੜ ਹੈ ਜਿਸਟ ਹੈ ਜਿਹੜਾ ਕਿ ਅੱਜ ਅਸੀਂ ਗੱਲਾਂ ਕਰਨ ਜਾ ਰਹੇ ਹਾਂ ਮਨੁੱਖਤਾ ਦੀ ਸੇਵਾ ਸੱਭਿਆਚਾਰ ਨੂੰ ਪਿਆਰ ਸਫਲ ਉਦਯੋਗਪਤੀ ਸਰੀ ਵੈਨਕੂਵਰ ਕੈਨੇਡਾ ਤੋਂ ਅੱਜ ਸਾਡੇ ਨਾਲ ਜੁੜੇ ਨੇ ਔਰ ਪੰਜਾਬ ਦੀ ਮਿੱਟੀ ਔਰ ਭਾਰਤ ਦੀ ਮਿੱਟੀ ਦੇ ਨਾਲ ਜੋ ਪਿਆਰ ਹੈ ਔਰ ਜੋ ਹਿੰਦੁਸਤਾਨੀ ਗੁਰਬਤ ਦੀ ਲੜਾਈ ਲੜ ਰਹੇ ਨੇ ਉਸ ਗੁਰਬਤ ਦੀ ਲੜਾਈ ਦੇ ਵਿਚਕਾਰ ਆਪਣੇ ਸਮੁੰਦਰ ਦੇ ਵਿੱਚੋਂ ਬਹੁਤੀਆਂ ਬੂੰਦਾਂ ਕੱਢ ਕੇ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਕਾਫੀ ਹੱਦ ਤੱਕ ਸਫਲ ਵੀ ਹੋਏ ਨੇ ਆਪਣੇ ਜੀਵਨ ਨੂੰ ਇਤਨੀ ਸਾਦਗੀ ਚ ਸਮਰਪਣ ਕਰ ਦਿੱਤਾ ਹੈ ਕਿ ਮਨੁੱਖਤਾ ਲਈ ਟੋਟਲ ਦਾ ਟੋਟਲ ਜੀਵਨ ਦੇ ਦਿੱਤਾ ਉਹ ਮਹਿਮਾਨ ਹਨ ਸੁਖੀ ਬਾਟ ਜੀ ਵੈਨਕੂਵਰ ਕੈਨੇਡਾ ਤੋਂ ਸੁਖੀ ਬਾਟ ਜੀ ਜੀ ਆਇਆਂ ਨੂੰ ਕੁਲਮੋਹਨ ਸਿੰਘ ਜੀ ਤੁਹਾਨੂੰ ਪਹਿਲਾਂ ਤੇ ਬਹੁਤ ਸਾਰਾ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਬਹੁਤ ਸਾਰੇ ਹਜ਼ਾਰਾਂ ਲੱਖਾਂ ਦਰਸ਼ਕਾਂ ਨਾਲ ਆਪਣੀ ਸਾਂਝ ਪਾਉਣ ਦਾ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਰੇ ਦਾ ਵੀ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਟਾਈਮ ਟਾਈਮ ਤੇ ਟਾਈਮ ਦਿੰਦੇ ਰਹਿੰਦੇ ਨੇ ਸੋ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੁਹਾਡਾ ਧੰਨਵਾਦ ਅੱਛੇ ਕੰਪਲੀਮੈਂਟਸ ਦੇਣ ਵਾਸਤੇ ਅਸੀਂ ਤੁਹਾਡੇ ਨੂੰ ਆਪਣੀ ਝੋਲੀ ਦੇ ਵਿਚਕਾਰ ਤੁਹਾਡਾ ਪਿਆਰ ਪੁਆਇਆ ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਸੁਖੀ ਬਾਟ ਜੀ ਸੁਖੀ ਬਾਟ ਜੀ ਆਪ ਮਨੁੱਖਤਾ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਦੇ ਹੋ ਜਦੋਂ ਕਿ ਅੱਜ ਸਮਾਜ ਵਿੱਚ ਇਨਸਾਨ ਆਪਣੇ ਤੋਂ ਅੱਗੇ ਕੁਛ ਨਹੀਂ ਸੋਚਣ ਨੂੰ ਤਿਆਰ ਹੈਗਾ ਉਦੋਂ ਤੁਹਾਡੀ ਨਜ਼ਰ ਦੇ ਅੰਦਰ ਮਨੁੱਖਤਾ ਕੀ ਚੀਜ਼ ਹੈ ਇਹਦੇ ਤੇ ਰੋਸ਼ਨੀ ਪਾਓ ਕੀ ਇਹ ਤੁਹਾਨੂੰ ਪਿਤਾ ਪੁਰਖੀ ਪਰਿਵਾਰ ਵੱਲੋਂ ਮਿਲੀ ਜਾਂ ਇਹ ਕਿੱਥੋਂ ਮਿਲੀ ਤੁਹਾਡੇ ਮਨ ਦੇ ਅੰਦਰ ਭਾਵਨਾ ਜਾਗੀ ਇਹਦੇ ਤੇ ਸਾਨੂੰ ਪੂਰੇ ਵਿਸਤਾਰ ਵਿੱਚ ਦੱਸਣ ਦੀ ਕਿਰਪਾ ਤੱਕ ਜੀ ਵੀਰ ਜੀ ਵੈਸੇ ਤੁਹਾਡਾ ਸਵਾਲ ਵੀ ਬਹੁਤ ਵਧੀਆ ਹੈ ਤੇ ਮੇਰਾ ਵੀ ਇਹ ਮਨ ਭਾਉਂਦਾ ਸਵਾਲ ਹੈ ਵੈਸੇ ਇਹ ਜਿਹੜਾ ਅੱਜ ਦਾ ਯੁੱਗ ਹੈ ਇਹ ਯੁੱਗ ਦੇ ਵਿੱਚ ਜਿਹੜਾ ਨਾ ਪੱਖੀ ਇਸ ਯੁੱਗ ਦਾ ਹੋਣਾ ਦੁਨੀਆਂ ਦਾ ਨਾ ਪੱਖੀ ਹੋਣਾ ਇੱਕ ਬਹੁਤ ਘਾਟੇ ਵਾਲੀ ਗੱਲ ਹੈਗੀ ਆ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਨਾਲ ਅਸੀਂ ਬਹੁਤ ਸਾਰਾ ਸਾਨੂੰ ਨੁਕਸਾਨ ਹੋਣ ਦੇ ਆਸਾਰ ਲੱਗ ਰਹੇ ਨੇ ਸੋ ਇਸ ਨਾ ਪੱਖੂ ਜਿਹੜਾ ਸਮਾਜ ਇਸ ਨੂੰ ਹਾਂ ਪੱਖੂ ਸਮਾਜ ਬਣਾਉਣਾ ਹਰ ਇੱਕ ਇਨਸਾਨ ਦਾ ਫਰਜ਼ ਹੈ ਸੋ ਅਸੀਂ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ ਸਾਨੂੰ ਇਹ ਮਨ ਚ ਰੱਖਣਾ ਚਾਹੀਦਾ ਹੈ ਅਸੀਂ ਸ਼ੋਰ ਆਪਣੇ ਆਪ ਲਈ ਕੰਮ ਕਰ ਰਹੇ ਹਾਂ ਆਪਣੇ ਬੱਚਿਆਂ ਲਈ ਕੰਮ ਕਰ ਰਹੇ ਹਾਂ ਪਰ ਨਾਲ ਦੀ ਨਾਲ ਸਾਡਾ ਇਹ ਸਮਾਜ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ ਜੋ ਉਹਨਾਂ ਨੂੰ ਖੂਬ ਸਾਨੂੰ ਨਿਭਾਉਣਾ ਚਾਹੀਦਾ ਹੈ ਆਪਾਂ ਆਪਣੇ ਬਿੱਤ ਮੁਤਾਬਕ ਜੇ ਅਸੀਂ ਇਹ ਸਮਾਜ ਨੂੰ ਵਧੀਆ ਸਿਰਜਾਂਗੇ ਤਾਂ ਹੀ ਸਾਡੇ ਜਿਹੜੇ ਬੱਚੇ ਨੇ ਉਹ ਕੱਲ ਲਈ ਉਹਨਾਂ ਦਾ ਜਿਹੜੀ ਲਾਈਫ ਹੋਏਗੀ ਬਹੁਤ ਵਧੀਆ ਹੋਏਗੀ ਕਿਉਂ ਜਿੰਨਾ ਸਮਾਜ ਵਧੀਆ ਓਨੇ ਹੀ ਸਾਡੀ ਜ਼ਿੰਦਗੀ ਸਿਖਾਵੀ ਜਾਂ ਦੂਸਰੇ ਅੱਖਾਂ ਚ ਇਹ ਕਹਿ ਲਓ ਜਿੰਨੀ ਅਸੀਂ ਈਰਖਾ ਘਟਾਵਾਂਗੇ ਜਿੰਨੀ ਅਸੀਂ ਮੁਹੱਬਤ ਵਧਾਵਾਂਗੇ ਜਿੰਨਾ ਅਸੀਂ ਵੈਰ ਬੋਧ ਘਟਾਵਾਂਗੇ ਉਹ ਜਿਹੜਾ ਇੱਕ ਤੇ ਆਪਣੀ ਜ਼ਿੰਦਗੀ ਵਧੀਆ ਹੋਏਗੀ
ਪਰ ਨਾਲ ਦੀ ਨਾਲ ਇੱਕ ਸਮਾਜ ਦੇ ਵਿੱਚ ਬਹੁਤ ਵਧੀਆ ਲਹਿਰ ਦੀ ਲੋੜ ਹੈ। ਇਸ ਕਰਕੇ ਵੀ ਜੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਹਾਂ ਪੱਖੀ ਨਾਰਾ ਜਿਹੜਾ ਹੈ ਇਹਨੂੰ ਬੁਲੰਦ ਕਰਨ ਲਈ ਸਾਨੂੰ ਇਕਜੁੱਟ ਹੋ ਕੇ ਦੁਨੀਆਂ ਭਰ ਦੇ ਵਿੱਚ ਜਿਸ ਤਰ੍ਹਾਂ ਵੀ ਅਸੀਂ ਕਰ ਸਕਦੇ ਹਾਂ ਵਧੀਆ ਵਧੀਆ ਬੁਲਾਰੇ ਲੈ ਕੇ ਵਧੀਆ ਵਧੀਆ ਐਗਜ਼ੈਂਪਲਸ ਲੈ ਕੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਈਵਨ ਇੰਡੀਆ ਦੇ ਵਿੱਚ ਵੀ ਲੋਕਾਂ ਕੋਲ ਬੜਾ ਕੁਛ ਹੈ ਵਾਹਿਗੁਰੂ ਜੀ ਨੇ ਦਿੱਤਾ ਹੋਇਆ ਉਹ ਜਿਸ ਤਰ੍ਹਾਂ ਵੀ ਕਿਸੇ ਲੋੜਵੰਦ ਦੀ ਬਾਂਹ ਫੜ ਕੇ ਸਮਾਜ ਸਵਾ ਸਕਦੇ ਨੇ ਜਾਂ ਕਿਸੇ ਮੈਂ ਤੇ ਇਹ ਵੀ ਕਹਿੰਦਾ ਹੁੰਦਾ ਵੀ ਕਿਸੇ ਬੱਚੇ ਨੂੰ ਗੁੱਡ ਡਾਇਰੈਕਸ਼ਨ ਦੇ ਕੇ ਉਹਨੂੰ ਸਹੀ ਕਲਾਸਾਂ ਦੇ ਵਿੱਚ ਦਾਖਲਾ ਲੈਣ ਦੇਣ ਨੂੰ ਵੀ ਪੁੰਨ ਦਾਨ ਕਹਿੰਦੇ ਆ ਕਿਉਂਕਿ ਗਰੀਬ ਬੱਚਿਆਂ ਨੂੰ ਕੀ ਪਤਾ ਲੱਗਦਾ ਵੀ ਮੈਂ ਮੇਰੇ ਵਿੱਚ ਕੀ ਗੁਣ ਨੇ ਤੇ ਮੈਂ ਕੀ ਪੜ੍ਹ ਸਕਦਾ ਆ ਜਾਂ ਕਿਸੇ ਵਿਰਦ ਨੂੰ ਬਾਹੋਂ ਫੜ ਕੇ ਜਿਹੜੀ ਟ੍ਰੈਫਿਕ ਲਾਈਟ ਕ੍ਰੋਸ ਕਰਾਉਣ ਨੂੰ ਵੀ ਪੁੰਨ ਦਾਨ ਕਹਿੰਦੇ ਨੇ ਸੋ ਮੇਰਾ ਕਹਿਣ ਤੋਂ ਭਾਵ ਕੀ ਹੈ ਇਹ ਜਿਹੜਾ ਸਮਾਜ ਹੈ ਇਹ ਸਮਾਜ ਨੂੰ ਅਸੀਂ ਵਧੀਆ ਲੀਹਾਂ ਤੇ ਲਿਜਾਣ ਲਈ ਅਸੀਂ ਹੀ ਜ਼ਿੰਮੇਵਾਰ ਲੋਕ ਹਾਂ ਜੇ ਅਸੀਂ ਮੋਹਰੇ ਹੋ ਕੇ ਅਸੀਂ ਨਹੀਂ ਕੰਮ ਕਰਦੇ ਤਾਂ ਫਿਰ ਕੌਣ ਕਰੇਗਾ ਜੇ ਅਸੀਂ ਜੋ ਇਸ ਵੇਲੇ ਨਾ ਪੱਖ ਕੀ ਸੋਚ ਦਾ ਜਿਹੜਾ ਏਡੀ ਵੱਡੀ ਹੋ ਗਈ ਹੈ ਘਰ ਘਰ ਦੀ ਕਹਾਣੀ ਹੈ ਤੁਸੀਂ ਖੁਦ ਜਾਣਦੇ ਹੋ ਸਾਨੂੰ ਆਸ ਵਿੱਚ ਭੈਣਾਂ ਭਰਾਵਾਂ ਦੇ ਵਿੱਚ ਜਾਂ ਮੈਂ ਸਿੱਧੇ ਅੱਖਰਾਂ ਚ ਇੰਜ ਵੀ ਕਹਿ ਸਕਦਾ ਕੈਨੇਡਾ ਇੱਕ ਵਧੀਆ ਮੁਲਕ ਹੈ ਸਰੀ ਬੜਾ ਫੇਮਸ ਇੱਕ ਸ਼ਹਿਰ ਹੈ ਪਰ ਮੇਰਾ ਸਵਾਲ ਕਈ ਵਾਰੀ ਇਹ ਪੈਦਾ ਹੋ ਜਾਂਦਾ ਵੀ ਕਿੰਨੇ ਭਰਾਵਾਂ ਨੇ ਕਿੰਨੇ ਭੈਣ ਭਰਾ ਨੇ ਜਿਹੜੇ ਰਾਤ ਨੂੰ ਬਹਿ ਕੇ ਰੋਟੀ ਇਕੱਠੀ ਖਾ ਰਹੇ ਨੇ ਸਭ ਕੁਛ ਹੁੰਦਿਆਂ ਹੋਇਆ ਵੀ ਅਸੀਂ ਗਰੀਬ ਕਿਉਂ ਆ ਵਾਹਿਗੁਰੂ ਨੇ ਤਾਂ ਇਹ ਕਿੰਨੇ ਕੁ ਪੁੱਤ ਨੇ ਜਿਹੜੇ ਰਾਤ ਨੂੰ ਬਿਰਧ ਮਾਂ ਬਾਪ ਦੇ ਮੂੰਹ ਦੇ ਵਿੱਚ ਬੁਰਕੀ ਪਾਉਂਦੇ ਨੇ ਆਪਣੇ ਹੱਥੀ ਦੌੜ ਭੱਜ ਦੇ ਵਿੱਚ ਅਸੀਂ ਗੁਆਚ ਗਏ ਹਾਂ ਮਾਇਆ ਦੀ ਨਗਰੀ ਵਿੱਚ ਅਸੀਂ ਗੁਆਚ ਗਏ ਹਾਂ ਪੈਸਾ 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 24 ਘੰਟੇ ਪੈਸਾ ਹੀ ਕਿੰਨਾ ਕੁ ਪੈਸਾ ਵੀ ਕੀ ਚਾਹੀਦਾ ਜੀਣ ਨੂੰ ਇੱਕ ਵਧੀਆ ਜ਼ਿੰਦਗੀ ਜੀਣ ਨੂੰ ਸੋ ਇਸ ਕਰਕੇ ਸਾਨੂੰ ਇਹ ਜਿਹੜੀਆਂ ਸਾਡੀਆਂ ਅਮੀਰੀਆਂ ਨੇ ਸਾਨੂੰ ਅਮੀਰੀਆਂ ਦੀ ਡੈਫੀਨੇਸ਼ਨ ਬਦਲ ਲੈਣੀ ਚਾਹੀਦੀ ਆ ਅਮੀਰੀ ਇਕੱਲੇ ਵੱਡੇ ਘਰ ਨੂੰ ਅਮੀਰੀ ਨਹੀਂ ਕਹਿੰਦੇ ਵੱਡੀ ਗੱਡੀ ਨੂੰ ਅਮੀਰੀ ਨਹੀਂ ਕਹਿੰਦੇ ਵੱਡੇ ਬੈਂਕ ਬੈਲੈਂਸ ਨੂੰ ਅਮੀਰੀ ਨਹੀਂ ਕਹਿੰਦੇ ਅਮੀਰੀ ਤੇ ਉਹ ਹੋਈ ਜੋ ਤੁਹਾਨੂੰ ਸੁੱਖ ਦੀ ਚੈਨ ਮਿਲੇ ਤੁਹਾਨੂੰ ਸੁੱਖ ਦੀ ਨੀਂਦ ਮਿਲੇ ਪਰ ਉਹ ਕਿੱਥੋਂ ਆਏਗੀ ਉਹ ਤੁਹਾਡੇ ਦਿਲ ਚੋਂ ਆਏਗੀ ਜਾਂ ਮੈਂ ਤੇ ਇਹ ਵੀ ਕਹਿੰਦਾ ਹੁੰਦਾ ਵੀ ਕਿਸੇ ਲੋੜਵੰਦ ਨੂੰ ਦੇਖ ਕੇ ਜੇ ਤੁਹਾਡੀ ਅੱਖ ਚੋਂ ਹੰਝੂ ਨਹੀਂ ਆਇਆ ਤਾਂ ਸ਼ੀਸ਼ੇ ਮੂਹਰੇ ਜਾ ਕੇ ਆਪਣੇ ਆਪ ਤੋਂ ਪੁੱਛੋ ਕੀ ਗੱਲ ਆ ਵਟਸ ਗੋਇੰਗ ਆਨ ਸੋ ਇਹ ਸਾਡੇ ਦਿਲ ਦੀਆਂ ਧੜਕਣਾਂ ਨੇ ਸਾਡੇ ਦਿਲ ਦੀਆਂ ਤਾਰਾਂ ਨੇ ਸਾਨੂੰ ਜਾਂ ਮੈਂ ਇੱਕ ਹੋਰ ਤਰੀਕੇ ਨਾਲ ਵੀ ਇਹ ਗੱਲ ਨੂੰ ਪੇਸ਼ ਕਰ ਸਕਦਾ ਵੀ ਮੈਂ ਕੈਨੇਡਾ ਦੇ ਵਿੱਚ 40-42 ਸਾਲ ਤੋਂ ਰਹਿ ਰਿਹਾ ਮੈਂ ਅੱਜ ਤਾਈਂ ਜੋ ਕੁਛ ਖੱਟਿਆ ਮੈਂ ਤੇ ਮੁਹੱਬਤ ਨਾਲ ਖੱਟਿਆ ਹੈ ਹਰ ਇੱਕ ਨਾਲ ਕਲਾ ਵਿੱਚ ਲੈਣ ਦੀ ਸਮਰਥਾ ਰੱਖਦਾ ਹਾਂ ਹਰ ਇੱਕ ਨੂੰ ਮੁਹੱਬਤੀ ਬੋਲ ਦੇ ਸਕਦਾ ਹਾਂ ਹਰ ਲੋੜਵੰਦ ਨੂੰ ਜਿੰਨੀ ਕੁ ਮੇਰੇ ਕੋਲ ਪਹੁੰਚੇ ਮੈਂ ਉਹਦੀ ਹਰ ਮਦਦ ਕਰਨ ਨੂੰ ਤਿਆਰ ਹਾਂ ਮੇਰਾ ਕੁਛ ਘਟਦਾ ਤੇ ਹੈ ਨਹੀਂ ਗਾ ਮੁਹੱਬਤ ਵੰਡਿਆ ਮੁਹੱਬਤ ਹੀ ਮਿਲੇਗੀ ਤੁਹਾਨੂੰ ਤੁਹਾਡਾ ਜੀਵਨ ਸਕਾਲਾ ਹੋਵੇਗਾ ਨਹੀਂ ਤੇ ਐਵੇਂ ਛੋਟੀ ਛੋਟੀ ਗੱਲ ਬਦਲੇ ਇੱਕ ਥੋੜੀ ਜਿਹਾ ਡਿਟੇਲ ਚ ਜਾਣਾ ਚਾਹੂੰਗਾ ਇੱਕ ਲਫ਼ਜ਼ ਹੈ ਉਹਦਾ ਨਾਂ ਹੈ ਹਉ ਪਰੇ ਅਸੀਂ ਉਹ ਵਰਤਣੋਂ ਹੀ ਕਿਉਂ ਹਟ ਗਏ ਹਾਂ ਇੱਕ ਛੋਟਾ ਜਿਹਾ ਭਰਾ ਏ ਇੱਕ ਵੱਡਾ ਭਰਾ ਏ ਕੋਈ ਗੁਆਂਢੀ ਏ ਕੋਈ ਕੋ ਵਰਕਰ ਏ ਉਹਨੂੰ ਕਿਸੇ ਵੇਲੇ ਜੇ ਥੋੜੀ ਜਿਹੀ ਤੁਹਾਨੂੰ ਲੱਗਾ ਜਾਤੀ ਕਰ ਲਈ ਕੀ ਹਉ ਪਰੇ ਨਾਲ ਸਭ ਨਹੀਂ ਸੀ ਸਕਦਾ ਔਰ ਦਿਹਾੜੀ ਦੇ ਵਿੱਚ 80-85-90% ਉਹ ਮੈਟਰਸ ਨੇ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਸੂਲੀ ਤੇ ਟੰਗਿਆ ਪਰ ਹਉ ਪਰੇ ਕਰਕੇ ਸਾਰ ਸਕਦੇ ਸੀਗੇ ਮੇਰਾ ਭਰਾ ਹੈ ਯਾਰ ਕਿਹੜੀ ਗੱਲ ਹੈ ਜੇ ਉਹਨੂੰ ਕਹਿ ਲਿਆ ਤੇ ਬਾਪ ਹੈ ਜੇ ਉਹਨੂੰ ਕੁਛ ਕਹਿਤਾ ਤੇ ਕਿਹੜੀ ਗੱਲ ਹੈ ਬਾਪ ਹੈ ਅਕਸਰ ਜਾਂ ਮੇਰਾ ਗੁਆਂਢੀ ਹੈ ਜਾਂ ਮੇਰਾ ਕੋ ਵਰਕਰ ਹੈ ਮੇਰੇ ਬੱਚੇ ਨੇ ਅਸੀਂ ਆਪਾਂ ਸਾਰੀ ਜ਼ਿੰਦਗੀ ਇਹ ਚੀਜ਼ ਨਾਲ ਲੜਾਈ ਜਾ ਰਿਹਾ ਕਿ ਮੈਂ ਪਰਫੈਕਟ ਹਾਂ ਪਲੀਜ਼ ਆਪਣੇ ਬਹੁਤ ਸਾਰੇ ਦਰਸ਼ਕ ਨੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਅਸੀਂ ਪਰਫੈਕਟ ਨਹੀਂ ਹੈ ਸੁੱਖੀ ਬਾਹਰ ਪਰਫੈਕਟ ਨਹੀਂ ਹੈ ਸਾਨੂੰ ਕਿਉਂ ਅਸੀਂ ਜ਼ੋਰ ਲਾਇਆ ਹੋਇਆ ਕਿ ਮੈਂ ਦੁਨੀਆ ਹੀ ਜਿੱਤਣੀ ਹੈ ਬੜੇ ਸਿਕੰਦਰ ਵੀਰ ਜੀ ਆਏ ਕੁਲਵੰਤ ਸਿੰਘ ਜੀ ਤੁਸੀਂ ਬੜੇ ਪੜ੍ਹੇ ਲਿਖੇ ਸਿਆਣੇ ਇਨਸਾਨ ਹੋ ਕਿੰਨੇ ਸਿਕੰਦਰ ਆਏ ਦੁਨੀਆ ਤੇ ਕਿੱਥੇ ਨੇ ਅੱਜ ਸੋ ਸਾਨੂੰ ਇਹ ਚੀਜ਼ਾਂ ਨੂੰ ਦੁਸ਼ਮਣੀਆਂ ਨੂੰ ਭੁੱਲ ਜਾਣਾ ਚਾਹੀਦਾ ਹੈ ਸਾਨੂੰ ਈਰਖਾ ਨੂੰ ਭੁੱਲ ਜਾਣਾ ਚਾਹੀਦਾ ਹੈ ਲੋੜਵੰਦ ਦੇ ਸਾਨੂੰ ਕੰਮ ਆਉਣਾ ਚਾਹੀਦਾ ਹੈ ਮੁਹੱਬਤ ਜਿਹੜਾ ਬਹੁਤ ਵੱਡਾ ਇੱਕ ਟੂਲ ਹੈ ਇੱਕ ਸਾਧਨ ਹੈ ਜਿਸ ਨਾਲ ਤੁਸੀਂ ਪਹਾੜੀ ਦੀ ਉਸ ਟੀਸੀ ਤੇ ਪਹੁੰਚ ਸਕਦੇ ਹੋ
जिथे तुसी पहुंचना चाहते हो, पर उस टीसी ते इस करके ना पहुंचो कि थानू दुनिया देखे, इस करके पहुंचो कि दुनिया के तुसी टीसी ते जाके दुनिया नू देख सको कि दुनिया किन्नी सहावनी है। महाराज जी अख अपनी अख नू बदल के देखो, थोड़ी सोच नू बदल के देखो, दुनिया तो बहुत सोहनी है, इस नथिंग रोंग, दुनिया दे विच कोई खराबी नहीं है। साड़ी सोच ने सानू, साड़ी अख ने सानू गलत इशारे दिंदी है, ते ते असी कंट्रोल नहीं कर पाउंदे। सो सानू सारयां नू रल मिल के इस वधिया समाज सिरजना चाहीदा है। सो सुखी बात जी, मैनू बहुत अच्छा लगा तुहाडे कोलों जो एक जिंदगी दा दृष्टिकोण है, द एटीट्यूड ऑफ द लाइफ, तुसीं इह दस्सिया है कि अज साडे अंदर सिंपथी शब्द गुआच गया है, उहदी असीं एपथी दी स्टेज विच आके खड़े हो गए हैं, और जदों मैनू अपने तो अलावा और कोई दिसदा नहीं पिया, इस करके तुसी जड़ा रस्ता क्या है कि मुहब्बत दे रस्ते नाल तुसी उचाई तो प्राप्त कर सकते हो, उत्थे ए जाके ना वेखो कि लोकी मैनू वेख रहे कि नहीं वेख रहे, लेकिन उस उचाई तो लोगों नू वेखो कि लोकी तुहाडे वल किदां देख रहे ने, और तुसी लोगों नू अपने नजरिए दे नाल देख के उन्हां दी मदद करो, इंसानियत दी मदद करो। बहुत अच्छी गल तुसी गल कीती है। अगला सवाल मेरा आप जी लई है कि आप 42 साल तो जिस तरह के आप जी ने हमने जिक्र किया है कैनेडा की धरती सरी विखे रह रहे हो, और इतने एक सफल उद्योगपति के रूप में आप जी को जाना भी जाता है, लेकिन उद्योगपति तो अपनी थां पर है, इंडस्ट्रियलिस्ट अपनी थां पर है, कारोबार अपनी थां पर है, वो सफल है क्योंकि तुम नेक रीति ना काम कर रहे हो, लेकिन भारत की धरती यानी पंजाब की विशेष करके धरती से तुहाड़ा जिहड़ा जुड़ाव है वह पिछोकड़ दे नाल तुसी सेवावां कुछ कर रहे हो, उन्हां सेवावां ते रोशनी पाओ कि सुखी बाग जी 42 साल उत्थे रह के भी अज अपने पिछोकड़ नूं, अपनी धरती की उस मिट्टी नूं भुले नहीं, और उत्थों की गुरबत की जंग नूं अज भी लड़न विचकार मददगार हो रहे हो। जी वीर जी, वैसे जिहड़ी एक जन्म भूमि हुंदी है जिथे तुसी जन्म लिया हुंदा, तुसी पशु पंछियां ते भी लै जाओ, वह भी अपनी जन्म भूमि याद रखते हैं। सो सुखी बाग ने भी मन दे विच हिंदुस्तान की मैं गल कह, खासकर पंजाब की मैं गल कह, पंजाब दे विच जलंधर जिले विच छोटे जिहे पिंड विच जम्मिया सुखी बाग, रात मैं कैनेडा सुता हुंना, रात मैं कैनेडा विच सुता हुंना, पर सारी रात मैं पंजाब च ही हुंना। इह वाहिगुरु जी वल्लों मेरी अपनी सोच वालों पंजाब दे विच 6-7 ट्रिप मैं साल दे लाना है, कोई सोशल वर्क चलता है, थोड़ा बड़ा बिजनेस भी है, किसी कोई ऐसी गल ऐसी पंजाब च नहीं जेड़ी मैनू मंजूर ना होवे, ना तो मैनू उत्थे दी कोई मिट्टी या पोल्यूशन, हाँ उत्थे बड़ियां समस्यावां ने, और बहुत कुछ वधिया भी हैगा पंजाब दे विच, इंडिया दे विच। सो कदी उह चीज बॉदर नहीं मैनू करदी, मैं रोटी कित्थे खानी आ, मैं सोना कित्थे आ, उत्थे फैसिलिटियां किद्दां दीआं ने, कुद्दी भी नहीं, गर्मी है ठंड है कुद्दी कोई फर्क नहीं पैंदा। और सच जाणियो मैं जे इत्थे $20,000 दे मैट्रस ते मैनू उन्नी नींद नहीं आउंदी जिन्नी मैनू नींद बापू वाले देसी मंजे ते आउंदी है, रज के सोना जदों या। सो उह जिहड़ा पंजाब दे नाल हिंदुस्तान दे नाल इक मोह, ये मैनू जन्म तो मिलिया, मेरी जन्म भूमि है जिथे मेरे बजुर्ग मेरे वडेरे ने अपनी जिंदगी कट्टी, उस मां दा मुल्क है जिसने मैनू जम्मिया है, वह मां उस पंजाब दी जंपल है जिसने मैनू पालिया है। सो वह कुदरती गल है उस नाल लगाव होना। फिर दूसरी गल आती है, हाँ हरेक सोसाइटी दे विच कुछ ना कुछ क्रीतियां होंदियां ने, कुछ कमियां होंदियां ने, वैनकूवर दे विच सरी दे विच भी बड़ियां कमियां ने, इत्थे भी असीं तत्पर रहिंदे आ हर हर चीज दे लई, खासकर बच्चियां प्रति, ते साडे पंजाब दे विच भी बड़ियां कमियां ने जिन्हां लई मैं बहुत चिंता विच रहिंदा, चिंता कर खासकर मैं इस करके रहिंदा कि जो साडा यूथ है, जो साडे बच्चे ने, जो साडा सरमाया है, सुखी बाग दा जिहड़ा असली सरमाया उहदे बच्चे ने, इस तरह पंजाब दा जिहड़ा असली सरमाया है उह पंजाब दे बच्चे ने, ते पंजाब दे बच्चियां दा जिहड़ा कल है उह मैनूं बड़ा धुंधला दिसदा है। क्यों साडे
ਪੋਲੀਟੀਕਲ ਢਾਂਚਾ ਉਹਦੇ ਵਿੱਚ ਬਹੁਤੀ ਕੋਈ ਮਦਦ ਨਹੀਂ ਕਰ ਰਿਹਾ। ਉਹ ਕਿਸੇ ਵੀ ਪਾਰਟੀ ਭਾਵੇਂ ਹੋਵੇ ਆਪੋ ਤਾਪੀ ਸਾਰਿਆਂ ਨੂੰ ਪਈ ਹੋਈ ਹੈ। ਯੂਥ ਜਿਹੜਾ A1 ਜਿਹੜੇ ਬੱਚੇ ਨੇ 7 ਬੈਂਡ ਲੈ ਰਹੇ ਨੇ, 7.5 ਬੈਂਡ ਲੈ ਰਹੇ ਨੇ ਜਾਂ 6.5 ਬੈਂਡ ਲੈ ਰਹੇ ਨੇ, 20-20 ਲੱਖ ਰੁਪਇਆ ਜਾਇਦਾਦਾਂ ਵੇਚ ਕੇ ਜੇਬ ਚ ਪਾ ਕੇ ਉਹ ਜਦ ਕੈਨੇਡਾ ਆਉਂਦੇ ਨੇ, ਇੱਕ ਕੈਨੇਡੀਅਨ ਹੋਣ ਦੇ ਨਾਤੇ ਤੇ ਚੰਗੀ ਗੱਲ ਹੈ, ਉਹ ਪੈਸੇ ਵੀ ਲੈ ਕੇ ਆਏ ਨੇ, ਇੱਕ ਵਧੀਆ ਬੱਚਾ, ਜਾਂ ਇਹ ਕਹਿ ਲਓ ਕਿ ਪੰਜਾਬ ਦੇ ਵਿੱਚ ਇੱਕ ਰੁੱਖ ਲਾਇਆ ਸੀ ਜਿਸ ਦਿਨ ਬੱਚਾ ਜੰਮਿਆ ਸੀ, ਉਹਨੂੰ ਪੰਜਾਬ ਦੇ ਮਾਂ ਬਾਪ ਨੇ ਜਾਨ ਤੋੜ ਕੇ ਉਹਨੂੰ ਪਾਣੀ ਪਾਇਆ, ਉਹਨੂੰ ਬੜਾ ਕੀਤਾ, ਟਾਈਮ ਆ ਗਿਆ ਉਹਨੂੰ ਫਲ ਲੱਗਣ ਦਾ, ਤੇ ਫਲ ਤੋੜਨ ਦੀ ਬਜਾਏ ਉਹਦੀ ਜੇਬ ਚ 25 ਲੱਖ ਰੁਪਇਆ ਪਾ ਕੇ ਉਹਨੂੰ ਜਹਾਜ਼ ਦੀ ਟਿਕਟ ਲੈ ਦਿੱਤੀ। ਅਸੀਂ ਬਹੁਤ ਵਧੀਆ ਹੋਇਆ, ਸਾਡੇ ਕੋਲ ਯੰਗ ਬੱਚਾ ਵੀ ਆ ਗਿਆ, ਪੜ੍ਹਿਆ ਲਿਖਿਆ ਆ ਗਿਆ, ਨਾਲ ਪੈਸੇ ਵੀ ਲੈ ਆਇਆ। ਤੇ ਦੂਸਰੇ ਪਾਸੇ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਤੇ ਮੇਰਾ ਤਾਂ ਪੰਜਾਬ ਤੇ ਕੰਗਾਲ ਹੋਈ ਜਾਂਦਾ ਦਿਨੋ ਦਿਨ। ਪਿਛਲੇ 2018-19 ਦੇ ਵਿੱਚ ਮੈਂ ਤਕਰੀਬਨ 20,000 ਬੱਚਿਆਂ ਦੀ ਵਰਕਸ਼ਾਪ ਲਾਈ ਕਾਲਜਾਂ ਯੂਨੀਵਰਸਿਟੀਆਂ ਵਿੱਚ, ਜਿਹੜਾ ਇਹ ਵੀ ਇੱਕ ਵਿਸ਼ਾ ਰਿਹਾ ਹੈ ਬਾਹਰ ਜਾਣ ਦੇ ਕਾਰਨ ਕੀ ਨੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਬੱਚੇ ਨੂੰ ਬਾਹਰ ਭੇਜਣਾ, ਤੇ ਉਹ ਪਰ ਉਹਨਾਂ ਦੀਆਂ ਮਜ਼ਦੂਰੀਆਂ ਨੇ, ਬੱਚੇ ਲਈ ਕੋਈ ਕੰਮ ਨਹੀਂ ਗਾ, ਕੋਈ ਰੁਜ਼ਗਾਰ ਨਹੀਂ ਹੈ, ਉਹ ਇਸ ਕਰਕੇ ਆਪਣਾ ਕਹਿੰਦੇ ਚਲੋ ਬਾਹਰ ਚਲੇ ਜਾਓ, ਬੱਚੇ ਦੀ ਜ਼ਿੰਦਗੀ ਬਣ ਜਾਊ। ਪਰ ਕੱਲ ਨੂੰ ਮੇਰਾ ਪੰਜਾਬ ਦਾ ਕੀ ਹੋਊਗਾ ਜਿਹਦਾ ਲੱਖਾਂ ਕਰੋੜਾਂ ਅਰਬਾਂ ਰੁਪਇਆ ਕੈਨੇਡਾ ਆਸਟ੍ਰੇਲੀਆ ਜਾ ਰਿਹਾ, ਤੇ ਉਹਨਾਂ ਦਾ ਜਿਹੜਾ ਅਸਲੀ ਸਰਮਾਇਆ ਉਹ ਵੀ ਕੈਨੇਡਾ ਜਾ ਰਿਹਾ। ਸੋ ਉਸ ਲਈ ਵੀ ਮੈਂ ਤਤਪਰ ਰਹਿਣਾ, ਔਰ ਆ ਕੇ ਆਏ ਬਹਾਏ ਜਦੋਂ ਵੀ ਮੈਂ ਜਾਂਦਾ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਨੂੰ ਇਸ ਵਿਸ਼ੇ ਲਈ ਵੀ ਥੋੜਾ ਐਜੂਕੇਟ ਕਰਦਾ ਵੀ ਤੁਸੀਂ ਜੇ ਜਾਣਾ ਵੀ ਆ ਤਾਂ ਹੋਮਵਰਕ ਕਰਕੇ ਜਾਓ, ਜਾਂ ਇੱਥੇ 25 ਲੱਖ ਰੁਪਇਆ ਲਾ ਕੇ ਵੀ ਤੁਸੀਂ, ਮੇਰਾ ਖਿਆਲ ਹੈ ਵੀ ਕਾਫੀ ਕੁਛ ਕੀਤਾ ਜਾ ਸਕਦਾ ਹੈ। ਤੇ ਨਾਲ ਦੀ ਨਾਲ ਜਿਹੜੇ ਬਾਕੀ ਦੇ ਸੋਸ਼ਲ ਵਰਕ ਨੇ ਜਿਹਦੇ ਵਿੱਚ ਮੈਡੀਕਲ ਕੈਂਪਸ ਨੇ ਬਹੁਤ ਸਾਰੇ ਜਗ੍ਹਾ ਦੇ ਉੱਤੇ, ਫਿਰ ਅਸੀਂ ਬਹੁਤ ਸਾਰੇ ਯੂਨੀਵਰਸਿਟੀਆਂ ਕਾਲਜਾਂ ਵਿੱਚ ਬੱਚੇ ਨੇ, ਗਰੀਬ ਮਾਂ ਬਾਪ ਦੇ ਬੱਚੇ ਨੇ, ਉਹਨਾਂ ਦੀ ਫੀਸਿਸ ਵਗੈਰਾ ਦਾ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦਾ ਆਉਣ ਜਾਣ ਦਾ ਖਰਚ, ਜਾਂ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਪੰਜਾਬ ਦਾ ਹਰ ਬੱਚਾ ਪੜ੍ਹ ਲਿਖ ਜਾਵੇ, ਉਹ ਆਪਣੇ ਪੈਰਾਂ ਤੇ ਖੜਨ ਦੀ ਹਿੰਮਤ ਕਰੇ, ਔਰ ਉਹਨੂੰ ਸਹਾਰਾ ਦਿੱਤਾ ਜਾਵੇ, ਤੇ ਇੱਕ ਦਿਨ ਮੈਂ ਉਸ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਦੇਖਣਾ ਚਾਹੁੰਦਾ ਜਿਸ ਤਰ੍ਹਾਂ ਦਾ ਪੰਜਾਬ ਮੈਂ 42 ਸਾਲ ਪਹਿਲਾਂ ਛੱਡ ਕੇ ਆਇਆ ਸੀਗਾ। ਸੋ ਬੇਸ਼ੱਕ ਇਨਵਾਇਰਮੈਂਟ ਦੀ ਗੱਲ ਕਰੀਏ, ਬੜਾ ਤਰਸਯੋਗ ਗੱਲਾਂ ਨੇ, ਕਰਪਸ਼ਨ ਦੀ ਗੱਲ ਕਰਦੇ ਹਾਂ ਰੋਣਾ ਆਉਂਦਾ ਹੈ, ਫਿਰ ਸਾਡੇ ਰਾਜਨੀਤਿਕ ਢਾਂਚਾ ਆ ਉਹਨੂੰ ਤੇ ਦੇਖ ਕੇ ਮਤਲਬ ਪਤਾ ਨੀ, ਮੈਨੂੰ ਤਾਂ ਸਮਝ ਨੀ ਆਉਂਦੀ ਕਿ ਅਸੀਂ ਕੀ ਕਰਾਂਗੇ। ਸੋ ਇਹੋ ਜਿਹੇ ਮੇਰੇ ਦਿਲ ਦੇ ਵਿੱਚ, ਮੇਰੇ ਦਿਲ ਦੇ ਉਵਾਲੜੇ ਨੇ, ਅਕਸਰ ਸਾਂਝੇ ਕਰਦਾ ਰਹਿੰਦਾ ਆ। ਔਰ ਵੀਰ ਜੀ, ਸੱਚ ਵੈਸੇ ਇੱਕ ਇਹ ਆ ਕਿ ਪੰਜਾਬ ਨਾਲ ਬਹੁਤ ਜ਼ਿਆਦਾ ਮੁਹੱਬਤ ਹੈ, ਮੇਰਾ ਬਸ ਚੱਲੇ ਮੈਂ ਪੰਜਾਬ ਨੂੰ ਸੋਨੇ ਦੀ ਚਿੜੀ ਕੱਲ ਬਣਾ ਦਾਂ, ਪਰ ਅਨਫੋਰਚੁਨਲੀ ਮੈਂ ਲੱਗਾ ਹੋਇਆ ਆ, ਬਹੁਤ ਸਾਰੇ ਲੋਕ ਮੇਰੇ ਨਾਲ ਜੁੜੇ ਹੋਏ ਨੇ, ਕੋਸ਼ਿਸ਼ਾਂ ਕਰ ਰਹੇ ਨੇ, ਮੈਨੂੰ ਬੜੀ ਆਸ ਹੈ ਇੱਕ ਦਿਨ ਜ਼ਰੂਰ ਆਸ ਆਊਗੀ ਗੱਲ, ਮੇਰਾ ਪੰਜਾਬ ਹਰਿਆ ਭਰਿਆ ਫਿਰ ਹੋ ਜਾਏਗਾ। ਸੋ ਸੁੱਖੀ ਬਾਤ ਜੀ, ਮੈਂ ਦਰਸ਼ਕਾਂ ਨੂੰ ਗੱਲ ਸਾਂਝੀ ਕਰਨਾ ਚਾਹੁੰਦਾ, ਚੜ੍ਹਦੀ ਕਲਾ ਟਾਈਮ ਟੀਵੀ ਨੌਰਥ ਅਮਰੀਕਾ ਦੇ ਦਰਸ਼ਕਾਂ ਨੂੰ ਔਰ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਸਾਡੇ ਨਾਲ ਵੈਨਕੂਵਰ ਕੈਨੇਡਾ ਤੋਂ ਸੁੱਖੀ ਬਾਤ ਜੀ ਸਾਡੇ ਨਾਲ ਜੁੜੇ ਹੋਏ, ਜਿਹੜੇ ਮਨੁੱਖਤਾ ਦੀ ਸੇਵਾ ਵਿੱਚ ਤੇ ਸੱਭਿਆਚਾਰ ਨੂੰ ਪਿਆਰ ਕਰਦੇ ਨੇ, ਔਰ ਇਹਨਾਂ ਦਾ ਸੁਪਨਾ ਵੇ ਕਿ ਮੈਂ ਰਾਤ ਜਦੋਂ ਸੋਨਾ ਵਾਂ ਤੇ ਮੈਂ ਆਪਣੇ ਪਿੰਡ ਆਪਣੇ ਪੰਜਾਬ ਦੀ ਧਰਤੀ ਤੇ ਹੁੰਦਾ ਵਾਂ। ਦੇਖੋ ਕਿੱਦਾਂ ਇਹ ਜਿਹੜੇ ਲੋਕ ਉੱਥੇ ਜਾ ਕੇ ਸਫਲ ਉਦਯੋਗਪਤੀ ਹੋਣ ਦੇ ਬਾਵਜੂਦ ਵੀ ਰਾਤ ਨੀਂਦ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਹੁੰਦੇ ਨੇ, ਔਰ ਇਹ ਚਾਹੁੰਦੇ ਨੇ ਕਿ ਮੇਰਾ ਸੁਪਨਾ ਹੈ ਕਿ ਮੈਂ ਰਾਤੋ ਰਾਤ ਪੰਜਾਬ ਦੀ ਧਰਤੀ ਨੂੰ ਸੋਨੇ ਦੀ ਚਿੜੀ ਬਣਾ ਦਿਆਂ। ਲੇਕਿਨ ਸਾਰਿਆਂ ਦੀ ਅਰਦਾਸ ਹੈ ਕਿ ਇਹ ਸੋਨੇ ਦੀ ਚਿੜੀ ਬਣੇਗਾ, ਜ਼ਰੂਰ ਬਣੇਗਾ, ਕੁਛ ਸਮਾਂ ਆ ਜਾਂਦਾ ਕਿਸੇ ਵੇਲੇ ਕਿਸੇ ਨਾ ਕਿਸੇ ਚੀਜ਼ ਦੇ ਡਾਊਨਫਾਲ ਦਾ, ਲੇਕਿਨ ਇਹ ਅਪਵਰਡ ਜ਼ਰੂਰ ਹੋਏਗਾ। ਤੋ ਸੋ ਗੱਲਬਾਤ ਦਾ ਸਿਲਸਿਲਾ ਤੇ ਜਾਰੀ ਰੱਖਾਂਗੇ, ਲੇਕਿਨ ਮੈਂ ਬੇਨਤੀ ਕਰਨਾ ਚਾਹਾਂਗਾ ਅਗਰ ਤੁਹਾਡੇ ਕੋਲ ਵੀ ਜ਼ਿੰਦਗੀ ਦਾ ਕੋਈ ਤਜਰਬਾ ਹੈ ਔਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤੇ ਕਿਰਪਾ ਕਰਕੇ ਤੁਹਾਡੀ ਸਕਰੀਨ ਦੇ ਉੱਤੇ ਚੜ੍ਹਦੀ ਕਲਾ ਟਾਈਮ ਟੀਵੀ ਨੌਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਈਮੇਲ ਐਡਰੈਸ ਆ ਰਿਹਾ, ਉਸ ਦੇ ਉੱਤੇ ਤੁਸੀਂ ਆਪਣਾ ਨਾਮ ਤੇ ਫੋਨ ਨੰਬਰ ਦਿਓ, ਅਸੀਂ ਆਪ ਜੀ ਨੂੰ ਸੰਪਰਕ ਕਰਾਂਗੇ ਔਰ
आप जी इतने आन का सदा देंगे। और सिक्की चैनल की स्क्रीन के उत्ते फोन नंबर आ रहा उत्ते वट्सएप कॉल दो, मिस कॉल दो या मैसेज दो, असी संपर्क करांगे। क्योंकि असं यह भी चाहते हैं कि जो यूट्यूब के उत्ते या फेसबुक से इस प्रोग्राम नूं तुसी देखो तो कृपा करके अपने कमेंट जरूर दिओ। तुहाडे कमेंट साडे वास्ते साडे प्रोग्राम नूं फीडबैक मिलेगा ताकि असीं होर बेहतर तरीके नाल अपने मेहमानां दे नाल गलबात कर सकांगे। सो गलबात दा सिलसिला जारी रखते हाँ सुखी बाट जी नाल। सुखी बाट जी, हुण मैं तुहानूं वेख रहा कि तुसीं दोनों प्रश्नां च काफ़ी भावुक भी होए हो और किते किते तुसीं मतलब अपने आप नूं रोकिया, बड़ा रोकिया, लेकिन तुसीं गल्लां बड़ियां दिल दीआं कीतीआं ने, लेकिन जे दर्शकां दे दिलां च उतर गईआं होण ते मैं समझदा कि एक नवां वरका लिखिया जा सकदा है। सो मेरी अगली पंजाबी सभ्याचार नाल जुड़ी हुई गल है कि आप जी ने पंजाबी भवन जिहड़ा है ये जो जिहड़ा निर्माण होया सरी दी धरती दे उत्ते, वो पंजाबी भवन की सोच तुहाडी और तुहाडे साथियों की किन्ना दी सी और उत्थे अज कड़ी कड़ी एक्टिविटीज हो रही ने वो सानू दसो ताकि जेडे पंजाबी हिंदुस्तान च बैठे ने असी शायद इस गल्लां तो खुंझे जा रहे हैं, तुसी वो गल्लां जिहड़ियां ने किसे हद तक पूरियां कर रहे। जीवी जी, जिहड़ा पंजाब भवन सरी कैनेडा का जिहड़ा निर्माण 2016 अक्तूबर की 2 तरीक नूं इहदा असी नींह पत्थर रखिया सीगा, उद्घाटन कीता सीगा। यह मेरे पापा जी सरदारा अर्जन सिंह बाठ उन्हां दी याद विच यह पंजाब भवन की सारी कीती गई है। यह तो वीर जी मनना पऊगा भी किसी भी कौम आप बहुत बार ये लाइना पहला भी सुनिया होणगियां भी जे किसी कौम नूं खत्म करना तो उहदी बोली खत्म कर दिओ। तो मैं ये तो नहीं कह रहा भी मेरी मां बोली पंजाबी नूं कोई बहुत वड्डा खतरा है, पर मैनू यह भी लगता है कि इस मां बोली प्रफुल्लित करन दे विच असी उन्नी कामयाब नहीं होए जिन्ना पंजाबी तो भी छोटियां बोलियां अपने आप नूं तां लैके आ रही ने जो अंकड़े असी देखते हैं। सो मां बोली प्रफुल्लित करना साडा फिर एक फर्ज बनता है। तो नाल दी नाल जो असी मां बोली की गल करते हैं असी विरसे की गल करते हैं असी विरासत की गल करते हैं। सो बेशक मैं बहुत टाइम तो इस विषय नाल जुड़िया होया सां पर मैनू एक टाइम ते इंज लगा जदों 2015 दे विच पापा जी चढ़ाई कर गए ते मैं उन्हां दी याद विच कुछ करना चाहांगा सां। सो गलबात करदिआं करांदिआं ते लुधियाणे तो गुरभजन गिल जी ने बड़े काफी मतलब साहित्यक भाईचारे दे विच बड़ा माण है उन्हां दी सलाह दे नाल फिर एक गल इत्थे पहुंची पई साढ़े को जिड्डा वड्डा साहित्यक भाईचारा है और जिड्डे वड्डे विद्वान ने साढ़े को बहुत वड्डा साहित है, पर असी वो साहित नूं अज दे युग दे हाणी नहीं बना सके उस नूं प्रफुल्लित करन लई उस नूं वधाउण लई। सो मैं एक बिजनेसमैन आ, मेरी मार्केटिंग दे विच मेरी एजुकेशन है ते मैनू इस तरह लगा मैं खुद ते साहित्यकार नहीं हाँ पर मैं इंज लगा कि मैं अपना पहला ते एक पंजाबी नूं प्रफुल्लित करन लई एक उहदा घर बनावा जिहड़ा कि असीं मेन स्ट्रीट दे उत्ते एक प्रॉपर्टी लैके असीं उहदे विच पंजाब भवन दा असीं उद्घाटन कीता। फिर उहदे विच हर अज दे युग दी हर चीज पाई गई टैक्नोलॉजी दे पक्खों कि अज दे मां बोली नूं प्रफुल्लित करना अज दे युग दे विच बहुत आसान है पहले दिनों नालों। फिर 16 दे विच मैं दिसंबर 16 दे विच मैं अपना ट्रिप शुरू किया पाकिस्तान तो ननकाणा साहब तो हौली हौली पाकिस्तान हुंदा होया पंजाब विच इंडिया विच आया फिर हरियाणे च भी रुकिया मैं दिल्ली भी रुकिया बहुत सारिया जिहड़ियां साडियां साहित्यक फाउंडेशनज ने अदारे ने उहनां नाल मेरियां मीटिंगां हुईयां ते मैनूं इत्थों एहसास हो गया भी अज साडा साहित बहुत वड्डा है साडे को वड्डे वड्डे साहित्यकार ने पर सानूं प्रफुल्लित करन दे असीं हाणी नहीं है। उहनां दिनां दे विच साडे विच ते मैनूं इंज लगा कई संस्थावां दे विच नामवर साडे लेखक ने पर उस संस्था दे कोल तां अपनी वैबसाइट भी नहीं है और इत्थे तां वी मैं पाया गया कि साडे साहित्यकारां को अपनी ईमेल आईडी भी नहीं है पर लिखदे बहुत सोहणा है। सो इह जिहड़ियां छोटियां गल्लां नूं लै के फिर मैं
ऑनलाइन करके सारयां नूं संपर्क लैके हुण इस वेले पंजाब भवन दे नाल 123 संस्थावां वर्ल्ड वाइड जुड़ियां होईयां ने जिहड़ियां डेलियां दान प्रदान करदे ने असीं इक दूजे नाल सांझ पाउंदे हां। सो पंजाब भवन दा जिहड़ा असली मनोरथ सीगा मां बोली नूं प्रफुल्लित करना, ओहदे विच असीं बहुत सारे समागम रचदे हां। हुण ते कोविड करके थोड़ा जिहा पॉज कीता होया है सेहत नूं मद्देनजर रखदे, पर एक टाइम ते असीं 22, 24, 26, 28 समागम भी मंथली कीते पंजाब भवन दे विच, जिहदे नाल सभ्याचार नाल विरासत नाल जुड़े हुए, मां बोली नाल जुड़े हुए और नॉट ओनली कल्ली पंजाबी नाल जुड़े हुए, 9 लैंग्वेज दे विच वक्रे वक्रे प्रोग्राम पंजाब भवन च कीते जांदे ने, बेशक ओह मराठी ने, बेशक ओह फिलपीन तो ने, थाईलैंड तो ने, नेपाल तो ने लोग। सो बहुत सारिया संस्थावां नूं असीं ओह राह दित्ता, बाबे नानक वाली गल, चार दरवाजे खोले पंजाब भवन दे, ते उहदे नाल मैनूं इह चीज़ नाल मैनूं मन नूं बड़ी तसल्ली आ कि पंजाब भवन दीआं पिछले 4 साल दीआं जो गतिविधियां ने उहदे नाल मां बोली नूं प्रफुल्लित करन दे विच काफ़ी योगदान पाया। असीं होर भी लगे हुए हाँ, अज दी टैक्नोलॉजी बहुत वड्डा साधन है, असीं वरतदे नहीं हाँ, सो लोकां च जागरूकता पैदा कीती। पर नाल दी नाल कमोल सिंह जी, असीं एवरी ईयर एक सालाना समागम करदे पंजाब भवन वाले, जिहदे विच 500-700 साहित्यकार दुनिया भर चों इकट्ठे करदे आ। एक बहुत वड्डा समागम हुंदा जिहड़ा कि मैं सारियां संस्था आपां अपने थां ते बड़ा वधिया काम कर रही हां, मेरी आदत नहीं मैं कदी किसे ते किंतु परंतु भी करां, मेरी आदत है सुधे तुरे जाना। बहुत संस्थावां बड़े सोहणे वखरे वखरे सालाना समागम पंजाबी कॉन्फ्रेंसिस वगैरा करदियां ने, मैं उन्हां दे नाल सदा जुड़िया रहिंदा है, पर बहुती वारी एक जां दो प्रोग्राम हुंदे ने बाद दे विच हौली हौली उह डिसअपीयर हो जांदा आ जिहड़ा प्लेटफॉर्म बणिया हुंदा है। पर पंजाब भवन दा जिहड़ी जिहड़ा सालाना समागम वाला कॉन्सैप्ट आ इह बरकरार है। इस साल भी असीं थोड़ा कोविड नूं लैके थोड़ा पोस्टपोन कीता है, पर बड़ी बड़ी छेती उह फिर असीं उहनी डेट अनाउंस कर दांगे। फिर मां बोली नूं प्रफुल्लित करन लई एक तिनाहा रसाला सगंधियां असीं कैनेडा तों छापदे आ, और वर्ल्ड क्लास दा मैगजीन आ जिहड़ा खासकर पंजाब दे विच हार्ड कॉपी बड़ी वंडी जांदी ते वर्ल्ड वाइड उहदी सॉफ्ट कॉपी मेरा ख्याल है 150,000 ईमेल्स ने जिहड़ियां उन्होंने थ्रू असीं भेजदे आ, फिर असीं उहदी वैबसाइट दे उत्ते उसनूं PDF फाइल दे विच अपलोड करते हैं, तो दुनिया भर बैठे बहुत सारे जिहड़े लोग उहनूं सुणदे ने। फिर जिहड़ा जिहड़ा यूथ कैनेडा दा यूथ जिहड़ा है, यूथ तां किते दा वी होवे, बेशक दिल्ली दा होवे, बेशक ओह पंजाब दा है, क्यों असीं यूथ वल बहुती निगाह नहीं कर रहे, असीं असीं अपने आप च गुआचे हुए हाँ। यूथ नूं जिथे उन्हां दे रुजगार दा सानूं फिक्र है, नाल दी नाल सानूं अपनी मां बोली वी उन्हां नूं सिखाउण दा साडा फर्ज है, तो उहदे नाल असीं इक जिहड़ा ग्रुप बनाया बच्चिआं दा, कनेडियन बॉर्न बच्चे ने, उहदा नां है कविता दे बीच। कनेडियन बच्चे जिहड़े 6 साल तों लै के 17-18 साल तक दे, उह पंजाबी दे विच उहनां नूं कविता लिखणी सिखाई जांदी है, कविता बोलणी सिखाई जांदी है। इस ऑन गॉन चलता एक बहुत वधिया ग्रुप है, जिहड़े टाइम टाइम सिर ते क्लासिज पंजाब भवन चलाउंदे ने, फिर अपनी परफॉर्मेंस करते हैं, फिर असीं उन्हां दे मुकाबले कराने आ, ते काफ़ी सारे बच्चे उहदे नाल जुड़े हुए ने। फिर असीं सोशल मीडिया ते कुछ इत्थे दे लोकल होर टैलीविजन ते एक महफल शायरां दी प्रोग्राम भी पंजाब भवन वीकली बेस ते करदा आ, जिहदे विच दुनिया भर दे शायरां नूं लै के उहनां दीआं लिखतां नूं, उहनां दे जो उहनी रचिया उहनां नूं असीं सुणदे आ। एक रीसेंटली असीं पंजाब भवन ने ते ਆਸਟ੍ਰੇਲੀਆ ਦੀ ਸੰਸਥਾ ਦੇ ਨਾਲ ਰਲ ਕੇ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ ਮਾਣ ਪੰਜਾਬੀ ਹੋਣ ਦਾ, ਉਹ ਵੀ ਤਿੰਨ ਹਫ਼ਤੇ ਦਾ ਕਵਿਤਾ ਬੋਲਣ ਦਾ ਇੱਕ ਮੁਕਾਬਲਾ ਹੈ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਲੈਪਟਾਪ ਵਗੈਰਾ ਹੋਰ ਬੜੇ ਸਾਰੇ ਇਨਾਮ ਦਾਂਗੇ ਜੇਤੂ ਬੱਚਿਆਂ ਨੂੰ, ਤੇ ਮੇਰਾ ਇੱਕ ਅਨੁਮਾਨ ਹੈ ਕਿ ਉਹਦੇ ਵਿੱਚ ਅਸੀਂ 2000 ਦੇ ਕਰੀਬ ਬੱਚੇ ਪਾਰਟੀਸਪੇਟ ਕਰਨਗੇ, ਮੇਰੇ ਖਿਆਲ 500 ਤੱਕ ਪਾਰਟੀਸਪੇਟ ਕਰ ਗਏ, 15 ਸਤੰਬਰ ਤੱਕ ਉਹ ਕੰਟੈਸਟ ਚੱਲਣਾ ਹੈਗਾ ਆ ਜੀ। ਸੋ ਕਹਿ
कहने तो मेरा भाव यह है पंजाब भवन का छोटे छोटे स्टेप ने और बिना किसी बैतकरे बिना किसी फंड इकट्ठा कीत्या कोई साढ़े पार्टी वाली नहीं है हर एक लिए डोरा खुलिया ने हर एक आके अपना जो भी उन्हों का समागम रचा सकता है और किसी भी भाषा में रचा सकता है जिदे नाल अपनी मां बोली नू अपने सभ्याचार नू अपने समाज नू सेध दे सके छोटे जे लफ्जां च इह वी आपां कह सकदा मैं पंजाब भवन की अड़ान अजे बाकी है साडे अराध्यां दा इम्तिहान अजे बाकी है अजे ता नापी है मुठ्ठी पर जमीन अजे ते सारा आसमान बाकी है अजे ता सारा आसमान बाकी क्या बात है बाट साहब ते मैनूं लगदा कि असीं एक साहित्यकार कवि दे नाल भी गल कीती है मुलाकात कीती है जांदे जांदे मैं एक आखिरी प्रश्न पूछना चाहवांगा क्योंकि समा हुण हुंदा जा रहा है क्योंकि समा रुकदा नहीं गल्लां ते दिल दीआं दिल च रह जांदीआं ने लेकिन कई सारीआं दिल दीआं गल्लां तुसीं सांझीआं करतीआं ने कहिंदे हन कि पैसा पैसे नूं खिंचदा है लेकिन इत्थे ते सुखी बाट ते पैसे ने मनुखता नूं अपने वल खिंच लिया प्यार पा लिया मुहब्बत पा ली है ते सुखी बाग फाउंडेशन दी एक्टिविटीयां जिहड़ियां ने उह सानूं कुछ लाइनां विच दस दिओ फिर असीं तुहाडा धन्नवाद करना हरजोत शाह सिंह जी ने तो मैं बेनती करांगा कि आप जी सानूं बड़े ब्रीफ है सुखी बाग फाउंडेशन दी एक्टिविटी बारे रोशनी पाउण दी कृपालता करो जी वीर जी जिहड़ी सुखी बाग फाउंडेशन है 1996 दे विच असीं रजिस्टर कराई सीगी नॉन प्रॉफिट ऑर्गेनाइजेशन है पर इहदा जिहड़ा मेन मकसद सीगा इह मेरे बजुर्गां दी मैनूं कहन सीगा भई भले दा काम करना ते हथ दे किसे ते पैसा कोई रखना है हथ मोहरे फैलाना नहीं है सो इह फाउंडेशन कदी भी कोई फंड रेज नहीं करदी कदी किसे तों पैसे नहीं लैंदी मेरे अपने पंज बिजनेस अदारे ने जिहड़े कि इस फाउंडेशन नूं स्पॉन्सरशिप दिंदे ने ईयरली बेस दे उत्ते उस फंड फाउंडेशन चलाई जाती है जिदे विच पंजाब भवन नूं चलाना फिर फिलपीन दे विच मेरे को 500 बच्चे अडोप्ट किए हुए ने अनाथ बच्चे ने नेपाल दे विच मेरा काम चलता है पंजाब दे विच बहुत सारे बच्चों की एजुकेशन या मेडिकल कैंप्स चलते ने चन्योट एरिए पाकिस्तान दे विच सुखी बात फाउंडेशन बड़ी एक्टिवली काम करती है मेडिकल कैंप लाने थोड़ा इंडी शॉर्ट दे विच आपां कह लईए छोटे मोटियां कोशिशां ने और बिना किसी स्वार्थ ते ने सुखी वार्ड नूं अल्लाह ताला ने वाहिगुरु जी ने भगवान ने उहदी औकात तों वध दित्ता होया है सो उह जो भी उहनूं दित्ता होया है उहदी रजा है ते मैं उहदा इक सेवक होके जिथे भी कोई लोड़वंद मैनूं मिलदा है उहनूं मैं कोशिश करदा मैं अपनी मदद करन दी सो जिहदे नाल इक समाज वधिया असीं सिर सकीए सो इह साडीआं कोशिशां रहिंदीआं ने सुखी वार्ड फाउंडेशन सो मैं दर्शकों नूं गल कहांगा कि इस तो पहला कि हरजोत शाह सिंह जी सुखी बाट जी का धन्नवाद करन दर्शकों का धन्नवाद करन एक गल जिंदगी दी इत्थों लभदी है कि मनुखता दी सेवा दे विच बेमिसाल व्यक्तित्व वाले सुखी बाट जी जिन्हां ने अपनी जिंदगी का सतगुरां ने जिहड़ी किरत दी सेवा झोली च पाई है 80% मनुखी कारजां वास्ते मनुखी सेवा वास्ते दे रहे ने और नाल ही ये सेवा कर भी रहे ने और एक सहत नूं प्यार करन वाले ने ऐसियां शख्सियतां जदों कदी मिलदी है ते सच जाणियो करिए दिल दीआं गल्लां दा दिल नूं ठंड पै जांदी है पर अज दिल नूं ठंड पई है सुखी बाट जी आप जी नाल गल करके सो मैं हुण हरजोत शाह सिंह जी नूं बेनती करांगा कि वह सुखी बाट जी का साढ़े को लफ्ज नहीं है बाट साहब तुहाडा धन्नवाद करन जोगे एक रस्मी गल है जो असीं करन जा रहे हां और हरजोत शाह सिंह जी जिहड़े कि सिक्खी चैनल के मुखी ने और सरदार जगजीत सिंह जी दर्दी चढ़दी कला टाइम टीवी वाले और सुखी अपना सिक्खी चैनल के मुखी आप होने के नाते दर्शकों का भी धन्यवाद करेंगे और विशेष करके अपने बड़े प्यारे मेहमान सुखी बाट जी का भी धन्यवाद करेंगे जिन्होंने कीमती शब्दों के नाल असी अज निहाल होए धन्यवाद सरदार कुलमोहन सिंह जी कुलमोहन सिंह जी मैं अगर सुखी बाट जी की गल करा तो 3 साल पहले चंडीगढ़ एक वर्ल्ड पंजाबी कॉन्फ्रेंस हुई तो मैं सुखी बाट जी के विचार जो सुनने को मिले तो बड़ी इच्छा सी कि उन्होंने होर सांझ की जाए और उन्होंने विचार सुने जाए
ਤੇ ਮੈਂ ਧੰਨਵਾਦੀ ਹਾਂ ਇਹ ਸੁੱਖੀ ਬਾਟ ਔਰ ਸਾਡੇ ਕੜੀ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਗੁਰਾਇਆ ਜਿਹੜੇ ਨੇ ਉਹਨਾਂ ਦਾ ਵੀ ਯੋਗਦਾਨ ਹੈ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਜਿਸ ਕਰਕੇ ਅੱਜ ਸੁੱਖੀ ਬਾਟ ਜੀ ਨਾਲ ਸਾਡੀ ਸਾਂਝ ਹੋ ਰਹੀ, ਕਿਉਂਕਿ ਜਦੋਂ ਅਸੀਂ ਦਿਲ ਦੀਆਂ ਗੱਲਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਤੇ ਸਾਡੇ ਮਨ ਵਿੱਚ ਇਹੀ ਹੁੰਦਾ ਸੀਗਾ ਕਿ ਅਸੀਂ ਅਲੱਗ ਅਲੱਗ ਸ਼ਖਸੀਅਤਾਂ ਨੂੰ ਲਈਏ, ਅਲੱਗ ਅਲੱਗ ਇਹੋ ਜਿਹੇ ਚਿਹਰੇ ਲਿਆਈਏ ਜਿਹੜੇ ਮਨੁੱਖਤਾ ਦੀ, ਕੌਮ ਦੀ, ਪੰਜਾਬੀਅਤ ਦੀ ਸੇਵਾ ਕਰਦੇ ਨੇ, ਔਰ ਉਹਨਾਂ ਵਿੱਚੋਂ ਨੇ ਇੱਕ ਸੁੱਖੀ ਬਾਟ ਜੀ। ਅੱਜ ਸਾਨੂੰ ਮੌਕਾ ਮਿਲਿਆ, ਅਸੀਂ ਧੰਨਵਾਦੀ ਹਾਂ ਉਹਨਾਂ ਦੇ ਬਹੁਤ ਬਹੁਤ ਕਿ ਅੱਜ ਸਾਨੂੰ ਉਹਨਾਂ ਨੇ ਇਹ ਮਾਣ ਬਖਸ਼ਿਆ, ਔਰ ਅਸੀਂ ਦਿਲ ਦੀਆਂ ਗੱਲਾਂ ਜਿਹੜੀਆਂ ਨੇ, ਕਿਉਂਕਿ ਉਹਨਾਂ ਕੋਲੋਂ ਦਿਲ ਦੀਆਂ ਗੱਲਾਂ ਬਹੁਤ ਨੇ, ਪਰ ਇੱਕ ਸਮੇਂ ਦੀ ਲਿਮਿਟ ਕਰਕੇ ਅੱਜ ਕੁਝ ਗੱਲਾਂ ਅਸੀਂ ਉਹਨਾਂ ਨਾਲ ਸਾਂਝ ਕੀਤੀਆਂ ਨੇ। ਅਗਲੇ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਫਿਰ ਦਿਲ ਦੀਆਂ ਗੱਲਾਂ ਦਾ ਹੋਰ ਇੱਕ ਐਪੀਸੋਡ ਕਰਾਂਗੇ। ਸੁੱਖੀ ਬਾਟ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਵੀਰ ਜੀ ਹਰਜੋਤ ਸ਼ਾਹ ਸਿੰਘ ਜੀ, ਤੁਹਾਡਾ ਮਨਮੋਹਨ ਸਿੰਘ ਜੀ, ਤੁਹਾਡਾ ਸਿੱਖੀ ਚੈਨਲ ਦਾ, ਚੜ੍ਹਦੀ ਕਲਾ ਟਾਈਮ ਟੀਵੀ ਦਾ ਤੇ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਦੇਖਿਆ ਸੁਣਿਆ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਖੀਰ ਵਿੱਚ ਇਹੀ ਕਹਾਂਗਾ ਦੋਸਤੋ, ਜ਼ਿੰਦਗੀ ਇੱਕ ਕਿਰਾਏ ਦਾ ਮਕਾਨ ਹੈ, ਇੱਕ ਦਿਨ ਤੇ ਬਦਲਣਾ ਹੀ ਪੈਣਾ ਹੈ। ਕਿਉਂ ਅਸੀਂ ਐਵੇਂ ਗਲਤ ਰਾਹਾਂ ਤੇ ਗਲਤ ਸੋਚਾਂ ਤੇ ਆਪਣੇ ਆਪ ਨੂੰ ਪਾਇਆ ਹੋਏ? ਜ਼ਿੰਦਗੀ ਜ਼ਿੰਦਾਬਾਦ, ਜਿੰਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ। ਧੰਨਵਾਦ।